ਟੋਟਲ ਸਾਡੇ ਕੋਲ 6 ਲੋਕ ਜ਼ਖਮੀ ਹਾਲਤ ਵਿੱਚ ਆਏ ਸਨ। ਉਹ 6 ਦੇ 6 ਪੁਲਿਸ ਕਰਮੀ ਸਨ। ਉਹਨਾਂ ਨੂੰ ਜੋ ਵੀ ਸਹਾਇਤਾ ਸਟਿਚਿੰਗ ਹੋਈ ਬਹੁਤ ਲੋਕਾਂ ਦੀ, ਸਟਿਚਿੰਗ ਕਰਨ ਤੋਂ ਬਾਅਦ ਕੁਝ ਲੋਕਾਂ ਨੂੰ ਆਬਜ਼ਰਵੇਸ਼ਨ ਨੇ ਇੱਕ ਐਸਪੀ ਦੀ ਜੁਗਰਾਜ ਸਿੰਘ ਨੂੰ ਰੈਫਰ ਕੀਤਾ ਗਿਆ ਤੇ ਦੋਵਾਂ ਨੂੰ ਡਿਸਚਾਰਜ ਕਰਤਾ। ਐਸਪੀ ਜਵਰਾਨ ਨੂੰ ਕਿਹੜੀ ਜਗ੍ਹਾ ਕੀਤਾ ਗਿਆ? ਐਸਪੀ ਨੂੰ ਅੰਮ੍ਰਿਤਸਰ ਰੈਫਰ ਕੀਤਾ। ਕਿਦਾਂ ਦੇ ਹਾਲਾਤ ਕਿਦਾਂ ਦੇ ਹੋਣਾ ਦੇ? ਹਾਲਾਤ ਜੀ ਬਾਹਰ ਤਾਂ ਪੁਲਿਸ ਨੂੰ ਪਤਾ ਹੈ ਹਾਲਾਤ ਕੀ, ਅਸੀਂ ਤਾਂ ਆਪਣੇ ਹਸਪੀਟਲ ਦੇ ਵਿੱਚ ਇਸ ਵੇਲੇ ਐਮਰਜੈਂਸੀ ਸਰਵਿਸ ਦੇਣ ਲਈ ਸਾਰਾ ਸਟਾਫ ਨੇ। ਪੁਲਿਸ ਵਾਲਿਆਂ ਦੇ ਹਾਲਾਤ ਕਿਦਾਂ ਦੇ? ਪੁਲਿਸ ਵਾਲਿਆਂ ਦੇ ਹਾਲਾਤ, ਪੁਲਿਸ ਵਾਲਿਆਂ ਦੇ ਹਾਲਾਤ ਬਲੀਡਿੰਗ ਜਿਹੜੀ ਆ ਅੰਡਰ ਕੰਟਰੋਲ ਕਰਕੇ ਉਹਨੂੰ, ਉਸ ਤੋਂ ਬਾਅਦ ਹੀ ਦੋ ਬੰਦੇ ਅੰਡਰ ਆਬਜ਼ਰਵੇਸ਼ਨ ਰੱਖੇ ਜੋ ਤੁਹਾਨੂੰ ਦੱਸਿਆ, ਬਾਕੀ ਇੱਕ ਬੰਦਾ ਰੈਫਰ ਕੀਤਾ, ਬਾਕੀ ਜਿਹੜੇ 3 ਬੰਦੇ ਠੀਕ। ਕਿੰਨੇ ਪੁਲਿਸ ਮੁਲਾਜ਼ਮ ਸਰ? ਸਰ ਟੋਟਲ ਹਾਲ ਤੱਕ 6 ਰੈਫਰ ਆਏ ਸਨ ਨਾੜਕੋ, 6ਾਂ ਦਾ ਜੋ ਵੀ 5 ਸੇ ਜ਼ਿਆਦਾ ਜਿਹੜੇ ਠੀਕ। ਕੁਲਵੰਤ ਸਿੰਘ ਜੀ, ਕੀ ਹੋਇਆ ਸੀ ਤੁਹਾਡੀ ਗੱਡੀ, ਤੁਸੀਂ ਇਹ ਕਿਹਦੀ ਗੱਡੀ ਹੈ? ਇਹ ਬੀਐਸਐਫ ਦੀ ਗੱਡੀ, ਇਹਨਾਂ ਖੜੋਤੇ ਆ ਜੀ, ਬਸ ਆਣ ਕੇ ਤੇ ਇਹਨਾਂ ਨੇ ਬਸ ਰੋੜੇ ਜਿਦਾ ਜਾਂ ਰੋੜੇ ਮਾਰਿਆ, ਦੇਖੋ ਸਾਰਾ ਸ਼ੀਸ਼ਾ ਅੱਗੇ ਤੋੜਿਆ। ਕੌਣ ਸੀ ਬੰਦੇ? ਹਾਂਜੀ ਪਤਾ ਨਹੀਂ, ਪਛਾਣ 'ਚ ਨਹੀਂ ਹੁਣ, ਇਹਨੇ ਇਕੱਠੇ 40-50 ਬੰਦੇ ਜੀ, ਇੱਕ ਬੰਦਾ ਹੋਵੇ ਤਾਂ ਵੀ ਠੀਕ।